ਮੈਨੂੰ ਸਬਰ ਕਰਨ ਆ ਗਿਆ। ਮੈਨੂੰ ਸਤਿਗੁਰੂ ਜੀ ਤੇਰੀ ਰਜ਼ਾ ਵਿੱਚ ਰਾਜ਼ੀ ਹੋਣਾ ਮਨਜ਼ੂਰ ਹੋ ਜਾਏ। ਰਾਜ਼ੀ ਹੋਏ ਰਜ਼ਾ ਵਿੱਚ, ਉਹਦੀ ਰਜ਼ਾ ਵਿੱਚ ਸਤਿਗੁਰ ਮੈਨੂੰ ਰਾਜ਼ਾ ਵਿੱਚ ਸਤਿਗੁਰ ਪਰਮੇਸ਼ਰ ਮੇਰੇ 'ਤੇ ਕਿਰਪਾ ਕਰੀ। ਮੈਂ ਆਪਣੇ ਪੁੱਤਰਾਂ ਨੂੰ ਸਾਹਮਣੇ ਸ਼ਹੀਦ ਹੁੰਦਿਆਂ ਵੇਖ ਕੇ ਸੱਚੇ ਪਾਤਸ਼ਾਹ ਮੈਨੂੰ ਤੇਰਾ ਭਾਣਾ ਬਿੱਠਾ ਕਰਕੇ ਮੰਨਣ ਦਾ ਸੁਭਾਅ ਕਹੋ ਨਾਨਕ ਨਿਜ ਮਤ ਸਾਧਨ ਕੋ ਪਾਖਿਓ ਤੋਹੀ ਪੁਕਾਰ।
ਕਹਿੰਦੇ ਇੱਕ ਮੈਂ ਕੁਦਰਤ ਨੂੰ ਉਪਦੇਸ਼ ਆਪਣੇ ਕੋਲੋਂ ਨਹੀਂ ਦੇ ਰਿਹਾ, ਸੰਤ ਜਨਾਂ ਦੀ ਨਿੱਜੀ ਮਤ ਦੁਆਰਾ ਜੋ ਮੈਨੂੰ ਉਹਨਾਂ ਨੇ ਉਪਦੇਸ਼ ਕੀਤਾ ਮੇਰੇ ਗੁਰੂ ਨੇ, ਮੈਂ ਉਹ ਹੀ ਬਿਆਨ ਕਰ ਰਿਹਾ। ਇਸ ਵਾਸਤੇ ਰੇ ਨਾਨਕ ਸਾਚੀ ਦੀ ਤਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਪਨਗਤ ਨਾ ਬਾਰ। ਆਰਾਧਨਾ ਕਰ ਲੈ ਉਸਨੂੰ, ਜਪ ਲੈ ਤਾਂ ਕੀਤੀ ਰਾਏ ਲੋਕ ਸੁਖੀ ਅਤੇ ਪ੍ਰਲੋਕ ਸੁਖੀ ਨੇ। ਸਭ ਪ੍ਰਸਾਦ ਆਨੰਦ ਪਿਆ ਮਿਰਮਾਏ ਸਭ ਗੁਰੂ ਸਮਰੱਥਾ ਆ ਜਾਂਦੀ ਹੈ।
ਸਾਡੇ ਅੰਦਰ ਸਬਰ ਆ ਜਾਂਦਾ ਹੈ, ਸਾਡੇ ਅੰਦਰ ਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਸਾਡਾ ਜੀਵਨ ਬਣ ਜਾਂਦਾ ਹੈ, ਉਹਦੀ ਰਜਾ ਵਿੱਚ ਰਾਜੀ ਰਹਿਣ ਦਾ ਸਤਿਗੁਰ ਕਹਿੰਦੇ ਮਨੁੱਖ ਦਾ ਸੁਭਾਅ ਬਣ ਜਾਂਦਾ ਹੈ। ਇਹ ਤਿੰਨੇ ਚੀਜ਼ਾਂ ਸਾਨੂੰ ਕਿੱਥੋਂ ਮਿਲਣਗੀਆਂ? ਸਤਿਗੁਰ ਕਹਿੰਦੇ ਇਹ ਗੁਰੂ ਦੀ ਬਾਣੀ ਵਿੱਚੋਂ, ਗੁਰੂ ਦੇ ਨਾਮ ਵਿੱਚੋਂ ਸਾਨੂੰ ਇਹ ਸਾਰੀਆਂ ਚੀਜ਼ਾਂ ਮਿਲਣਗੀਆਂ। ਸੋ ਆਪਾਂ ਸਾਰੇ ਹੀ ਭਾਈ ਸਾਹਿਬ ਭਾਈ ਪ੍ਰੀਤਮ ਸਿੰਘ ਜੀ ਦੀ ਵਿਛੜੀ ਹੋਈ ਆਤਮਾ ਦੀ ਸ਼ਾਂਤੀ ਦੇ ਲਈ ਅਰਦਾਸ ਵਿੱਚ ਜੁੜੇ ਹੋਏ ਹਾਂ। ਕਦੇ ਮਨੁੱਖ ਆਪਣੀ ਜ਼ਿੰਦਗੀ ਵੱਲ ਝਾਤ ਮਾਰ ਕੇ ਇਹ ਅਚਿੰਤੇ ਬਾਜਾਂ ਦਾ ਕੋਈ ਪਤਾ ਨਹੀਂ ਕਦੋਂ ਕਿੰਨਾ ਨੂੰ ਫੜ ਲੈਣਾ ਇਹਨਾਂ ਨੇ ਆ ਕੇ। ਇਸ ਕਰਕੇ ਸਤਿਗੁਰ ਕਹਿੰਦੇ ਅੱਜ ਉਹ ਸਮਝ ਕਛ ਵਿਗੜਿਓ ਨਾ ਹਿੰਨ ਭਜਲੇ ਨਾਮ ਮੁਰਾਰ ਕਹੋ ਨਾਨਕ ਨਿਜ ਮਤ ਸਾਧਨ ਅਚਿੰਤੇ ਬਾਜ ਪਏ।
ਇਸੇ ਤਰ੍ਹਾਂ ਪਿਆਸ ਜਦੋਂ ਲੱਗਦੀ ਹੈ, ਪਿਆਸ ਵੀ ਕਿਸੇ ਨੂੰ ਦਿਖਾਈ ਨਹੀਂ ਦਿੰਦੀ ਕਿ ਮੇਰੇ ਵੱਲ ਪਿਆਸ ਤੁਰੀ ਆ ਰਹੀ ਹੈ। ਪਿਆਸ ਵੀ ਅੰਦਰੋਂ ਹੀ ਪੈਦਾ ਹੁੰਦੀ ਹੈ ਨਾ, ਪਿਆਸ, ਪਾਣੀ ਦੀ ਪਿਆਸ ਲੱਗੀ ਮਨੁੱਖ ਪਾਣੀ ਪੀ ਲੈਂਦਾ ਹੈ। ਇਸੇ ਤਰ੍ਹਾਂ ਮੌਤ ਵੀ ਕਿਸੇ ਨੂੰ ਦਿਖਾਈ ਨਹੀਂ ਦਿੰਦੀ ਕਿ ਕਿਸੇ ਨੇ ਮੌਤ ਨੂੰ ਵੇਖਿਆ ਹੋਵੇ। ਮੌਤ ਵੀ ਸਾਡੇ ਅੰਦਰੋਂ ਹੀ ਪ੍ਰਗਟ ਹੁੰਦੀ ਹੈ। ਜਿੱਦਾਂ ਕਹਿੰਦੇ ਪਾਣੀ ਦੀ ਟੈਂਕੀ ਭਰੀ ਹੋਈ ਹੋਵੇ ਨਾ ਪਾਣੀ ਨਾਲ, ਉਹਦਾ ਭਰਨਾ ਵੀ ਉਹਦੇ ਅੰਦਰ ਹੀ ਛੁਪਿਆ ਹੋਇਆ ਔਰ ਉਹਦਾ ਮੁੱਕਣਾ ਵੀ ਉਹਦੇ ਅੰਦਰ ਹੀ ਛੁਪਿਆ ਹੋਇਆ ਹੈ। ਇਸੇ ਤਰ੍ਹਾਂ ਸਾਡੇ ਸਰੀਰ ਰੂਪੀ ਟੈਂਕੀ ਵਿੱਚ ਪਰਮੇਸ਼ਰ ਨੇ ਸਵਾਸ ਭਰ ਕੇ ਭੇਜਿਆ ਤੇ ਆਹ
ਸਾਡੇ 'ਤੇ ਹੋਵੇ, ਅਸੀਂ ਪਰਮੇਸ਼ੁਰ ਦੇ ਗੀਤ ਗਾ ਸਕੀਏ, ਪਰਮੇਸ਼ੁਰ ਦੀ ਬੰਦਗੀ ਕਰ ਸਕੀਏ। ਸੋ ਆਓ, ਇੰਨੀਆਂ ਕੁ ਹਾਜ਼ਰੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ। ਸਤਿਗੁਰੂ ਮੇਰੇ ਨੂੰ ਬੁਝਾਵੇ,
सतगुर मेल तू बुझावे एक मन मुख करे से हो एक मन मुख करे से हो एक मन मुख करे से हो Thank you.
ਸਨ। ਕਹਿੰਦੇ ਇਹ ਗੱਲ ਮਨ ਵਿੱਚ ਦ੍ਰਿੜ ਕਰ ਲੈ, ਪੱਕੀ ਕਰ ਲੈ, ਇਹ ਸਾਚੀ ਦੀ ਤਾਰ ਸਗਲ ਜਗਤ ਹੈ ਜੈਸੇ ਸੁਪਨਾ, ਸੰਸਾਰ ਸੁਪਨੇ ਦੀ ਤਰ੍ਹਾਂ ਹੈ। ਤੇ ਕਹਿੰਦੇ ਇਹ ਸੁਪਨਾ ਟੁੱਟਣ ਲੱਗਿਆ ਵੀ ਬਹੁਤਾ ਸਮਾਂ ਵੀ ਲੱਗਣਾ, ਬਿਰਸ ਕਰਨ ਬਾਹਰ। ਕਹਿੰਦੇ ਸੁਪਨਾ ਕੈਸਾ ਹੈ, ਬਾਹਰੋਂ ਪੀਤ ਬਣਾਈ ਰਾਜ ਪਾਚ ਰਹਿਤ ਨਹੀਂ ਦਿਨ ਚਾਰ। ਕਹਿੰਦੇ ਜਿਸ ਤਰ੍ਹਾਂ ਰੇਤ ਦੀ ਕੰਧ ਕਰ ਦਿੱਤੀ ਜਾਵੇ, ਬੜੀ ਲਿਮ ਪੋਚ ਦਿੱਤੀ ਜਾਵੇ, ਪਲਸਤਰ ਕਰ ਦਿੱਤੀ ਜਾਵੇ, ਪਰ ਕਹਿੰਦੇ ਉਹਦੀ ਜੋ ਬੁਨਿਆਦ ਹੈ ਉਹ ਚਾਰ ਹੁੰਦੀ ਨਹੀਂ। ਇਸੇ ਤਰ੍ਹਾਂ ਇਨਸਾਨ ਹੈ, ਬਾਹਰੋਂ ਪੀਤ ਬਣਾਈ ਰਾਜ ਪਾਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁੱਖ ਮਾਇਆ ਕੇ ਪੁਰਜੋ ਕਹਾਂ ਗਵਾਰ। ਇਹ ਮਾਇਆ ਦੇ ਸੁੱਖ ਵੀ ਐਸੇ ਹੀ, ਕਹਿੰਦੇ ਤੂੰ ਕਿਹੜੇ ਪਾਸੇ ਉਹ ਜੀ ਰਹਿ ਗਿਆ, ਕਿਉਂਕਿ ਆਇਆ ਤਾਂ ਸੀ ਪ੍ਰਾਣੀ ਤੋਂ ਆਇਆ ਲਾਹ ਲਿਆ ਭਈ ਬ੍ਰਾਹਮਣ ਨਾਨਕ ਦੇਵਰੀਆ ਗੋਬਿੰਦ ਮਿਲਣ ਕੀ ਤੇਰੀ ਵਰੀਆ। ਆਇਆ ਤਾਂ ਸੀ ਤੂੰ ਇਸ ਜਨਮ ਮਰਨ ਦੇ ਨਰਕ ਚੋਂ ਨਿਕਲਣ ਵਾਸਤੇ, ਤੈਨੂੰ ਵਾਰੀ ਮਿਲੀ ਸੀ। ਤੈਸੇ ਹੀ ਇਹ ਸੁੱਖ ਮਾਇਆ ਕਿ ਉਸ ਯੁੱਗ ਆਕਾਸ਼ ਬਿਗੜਿਓ ਨਾ ਹੈ, ਜਦ ਤੱਕ ਤੇਰੇ ਇਸ ਚੀਜ਼ ਵਿੱਚ ਪ੍ਰਾਣ ਰਹੇ ਤਦ ਤੱਕ ਤੂੰ ਉਸਦੀ ਬੰਦਗੀ ਕਰ ਸਕਦਾ ਹੈ, ਆਰਾਧਨਾ ਕਰ ਸਕਦਾ। ਅੱਜ ਨੂੰ ਸਮਝ ਕਸ਼ ਬਿਗੜਿਓ ਨਾ ਹੀ ਭਜਲੇ ਨਾਮ ਮਰਾ, ਕਹਿੰਦੇ ਤੂੰ ਨਾਮ ਜਪ ਲੈ, ਉਸਦੀ ਬੰਦਗੀ ਕਰ ਲੈ। ਕਹੋ ਨਾਨਕ ਨਿਜ ਮਤ ਸਾਧਨ ਕਹੋ ਪਾਖਿਓ ਤੁਹੀ ਪੁਕਾਰ। ਕਹਿੰਦੇ ਇੱਕ ਮੈਂ ਕੁਝ ਉਪਦੇਸ਼ ਆਪਣੇ ਕੋਲੋਂ ਨਹੀਂ ਦੇ ਰਿਹਾ, ਸੰਤ ਜਨਾ ਦੀ ਨਿਜੀ ਮਤ ਦੁਆਰਾ ਜੋ ਮੈਨੂੰ ਉਹਨਾਂ ਨੇ ਉਪਦੇਸ਼ ਕੀਤਾ ਮੇਰੇ ਗੁਰੂ ਨੇ, ਮੈਂ ਉਹ ਹੀ ਬਿਆਨ ਕਰ ਰਿਹਾ। ਇਸ ਵਾਸਤੇ ਰੇ ਨਾਨਕ ਸਾਚੀ ਦੀ ਤਾਰ ਸਗਲ ਜਗਤ ਹੈ ਜੈਸੇ ਸੁਪਨਾ, ਬਿਨਸ ਪਲਗਤ ਨਾ ਬਾਰ। ਆਰਾਧਨਾ ਕਰ ਲੈ, ਉਸਨੂੰ ਜਪ ਲੈ, ਤਾਂ ਕਿ ਤੇਰਾ ਇਹ ਲੋਕ ਸੁਖੀ ਅਤੇ ਪ੍ਰਲੋਕ ਸੁਵੇਲਾ ਹੋ ਸਕੇ। ਨਾਨਕ
ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਹੀਂ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਪਿੱਛੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉਣ ਧਿਆਵੇ ਧਾਰੇ। ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ। ਚਾਲੀ ਮੁਕਤਿਆ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖ ਪਿਆਰਿਆਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਹੀ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰਾ ਜੀਓ, ਆਪ ਜੀ ਦੇ ਹਜ਼ੂਰ ਚਰਨਾਂ 'ਚ ਅਰਦਾਸ ਬੇਨਤੀ ਹੈ ਜੀ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ। ਆਪ ਜੀ ਦੇ ਦਰ ਘਰ ਦੇ ਪ੍ਰੀਤਮਾਨ ਭਾਈ ਸਾਹਿਬ ਭਾਈ ਪ੍ਰੀਤਮ ਸਿੰਘ ਜੀ, ਆਪ ਜੀ ਦੇ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ, ਤਿਨ੍ਹਾਂ ਦੀ ਵਿਛੜੀ ਆਤਮਾ ਦੀ ਸ਼ਾਂਤੀ ਦੇ ਲਈ ਸਰੂਪ ਪਰਿਵਾਰ ਨੇ ਆਪ ਜੀ ਤੋਂ ਓਟ ਅਤੇ ਆਸਰਾ ਲੈ ਕਰਕੇ ਆਪਣੇ ਗ੍ਰਹਿ ਸਤਿਗੁਰੂ ਜੀ ਸ੍ਰੀ ਸਹਿਜ ਪਾਠ ਆਰੰਭ ਕਰਵਾਏ। ਅੰਮ੍ਰਿਤ ਵੇਲੇ ਗੁਰਬਾਣੀ ਦੇ ਭੋਗ ਪਾਏ, ਉਪਰੰਤ ਆਪ ਜੀ ਦੇ ਪਵਿੱਤਰ ਸਥਾਨ ਤੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ। ਆਪ ਜੀ ਦੇ ਸੇਵਕਾਂ ਪਾਸੋਂ ਗੁਰਮਤਿ ਵਿਚਾਰਾਂ ਕਰਦਿਆਂ ਸ਼ਬਦ ਕੀਰਤਨ ਗਾਇਨ ਕਰਦਿਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਪਾਠ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਅੱਗੇ ਤੋਂ ਸਮੰਤ ਸੋਧ ਸੇਵਾ ਬਖਸ਼ਿਸ਼ ਕਰਨੀ। ਬੜੀ ਸੋਹਣੀ ਬਾਣੀ ਦਾ ਭਾਵ ਭਾਈ ਸਾਹਿਬ ਭਾਈ ਪ੍ਰੀਤਮ ਸਿੰਘ ਜੀ ਦੀ ਵਿਛੜੀ ਹੋਈ ਆਤਮਾ ਨੂੰ ਬਖਸ਼ਿਸ਼ ਕਰਨਾ, ਆਵਾਗਾਉਣ ਦੇ ਚੱਕਰਾਂ ਤੋਂ ਬਚਾ ਕੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਆਤਮਕ ਸ਼ਾਂਤੀ ਬਖਸ਼ਣੀ ਜੀ। ਪਿੱਛੇ ਪਰਿਵਾਰ ਨੂੰ ਬੱਚੇ ਬੱਚੀਆਂ ਨੂੰ ਭਾਣਾ ਮੰਨਣ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ। ਭੋਗ ਤੇ ਪਹੁੰਚੀਆਂ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਿਟਾਵਾ ਦਰ ਪ੍ਰਵਾਨ ਕਰਨੀਆਂ, ਨਗਰ ਤੇ ਸੁੱਖ ਵਰਤਾਉਣੀ, ਸੰਸਾਰ ਅੰਦਰ ਅਮਨ ਸ਼ਾਂਤੀ, ਪੰਥ ਵਿੱਚ ਏਕਤਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਪਰਿਵਾਰ ਵੱਲੋਂ ਭੋਗ ਦੇ ਸਮੇਂ ਆਪ ਜੀ ਨੂੰ ਸੁੰਦਰ ਪੈਸਾਕੇ ਭੇਟਾ ਕੀਤੇ ਗਏ ਹਨ। ਆਪ ਸੇਵਕਾਂ ਦੇ ਲੋਕ ਪਰਲੋਕ ਵਿੱਚ ਪੜਦੇ ਕੱਜੜੇ ਜੀ। ਆਪ ਜੀ ਦੇ ਹਜ਼ੂਰ ਪੰਚਾਵੇਂ ਅੰਮ੍ਰਿਤ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸਾਦ ਸਾਧ ਸੰਗਤ ਵਿੱਚ ਵਰਤੇ, ਜੋ ਜੀ ਸਕੇ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਮੁੱਖ ਵਾਕ ਬਖਸ਼ਿਸ਼ ਕਰੋ ਸੇਈ ਪਿਆਰੇ ਬੇਲ, ਜਿਨ੍ਹਾਂ ਬਿਣਿਆ ਤੇਰਾ ਨਾਮ ਚਿੱਤ ਆਵੇ। ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਸਾ ਖੁਆਰ ਹੋਏ ਸਭ ਮਿਲੈ ਗੇ, ਵਾਹਿਗੁਰੂ ਨਾਮ ਜਹਦਾ ਕਰ ਸੇ ਬੰਦੇ ਵਾਹਿਗੁਰੂ ਬੋਲੇ।
ਸਵਾਰੀਐ ਸਤਨਾਮ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਧ ਪਾਈ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹ ਬਿਸਰਾਮ ਨਿਧ ਪਾਈ ਤੁਮ ਕਰੋ ਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਪਰਮਾਈ ਆਨੰਦ ਰੂਪ ਰਵੇ ਹੋ ਸਭ ਮਤੇ ਜਤ ਕਤ ਵੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਤ ਪਤਤ ਪਾਵਣ ਗੋਸਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਘਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਘਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤ ਮਿੱਤਰ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤ ਦੇ ਰੂਪ ਚ ਇਕੱਤਰ ਹੋ ਕੇ ਸਰਦਾਰ ਪ੍ਰੀਤਮ ਸਿੰਘ ਜੀ ਢਿੱਲੋਂ ਸਾਹਿਬ ਹੋਰਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਲਈ ਇਕੱਤਰ ਹੋਏ ਹਾਂ, ਜਿਹੜੇ ਪਿਛਲੇ ਦਿਨੀ ਆਪਣੇ ਜੀਵਨ ਦਾ ਬੰਧ ਮੁਕਾ ਕੇ ਗੁਰੂ ਚਰਨਾਂ ਵਿੱਚ ਜਾ ਵਰਾਜੇ ਸਨ। ਉਹ ਸਮਾਂ ਸੀ ਜਦੋਂ ਸਾਹਿਬ ਪ੍ਰੀਤਮ ਸਿੰਘ ਜੀ ਦਾ, ਜੇ ਬਚਪਨ ਦੇ ਸਮੇਂ ਦੀ ਗੱਲ ਕਰੀਏ, ਜਦੋਂ ਕਿਸਾਨ ਪਰਿਵਾਰਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦਾ ਰਿਵਾਜ਼ ਨਹੀਂ ਸੀ, ਸਗੋਂ ਆਪਣੇ ਪਿਤਾ ਪੁਰਖੀ ਧੰਦੇ ਖੇਤੀ ਦੇ ਵਿੱਚ ਹੀ ਮਦਦ ਲਈ ਨਾਲ ਲੈ ਜਾਂਦਾ ਸੀ। ਪਰੰਤੂ
ਪਿਤਾ ਸਰਦਾਰ ਹਜ਼ਾਰਾ ਸਿੰਘ ਜੀ ਢਿੱਲੋਂ ਜਿੱਥੇ ਆਪ ਪੜ੍ਹੇ ਲਿਖੇ ਸਨ ਉੱਥੇ ਹੀ ਉਹਨਾਂ ਨੇ ਆਪਣੇ ਸਾਰੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਔਰ ਉਹਨਾਂ ਨੇ ਬੱਚਿਆਂ ਨੇ ਪੜ੍ਹ ਕੇ ਆਪੋ ਆਪਣੀ ਪੜ੍ਹਾਈ ਦੇ ਮੁਤਾਬਕ ਸਮਾਜ ਦੇ ਵਿੱਚ ਸਰਕਾਰੀ ਸੇਵਾਵਾਂ ਦੇ ਵਿੱਚ ਵੀ ਗਏ। ਸਰਦਾਰ ਪ੍ਰੀਤਮ ਸਿੰਘ ਜੀ ਢਿੱਲੋਂ ਉਹਨਾਂ ਨੇ ਪੜ੍ਹ ਲਿਖ ਕੇ ਆਪਣੇ ਪਿਤਾ ਪੁਰਖੀ ਧੰਦੇ ਖੇਤੀ ਨੂੰ ਅਪਣਾਇਆ ਔਰ ਇੱਕ ਉੱਤਮ ਕਿਸਾਨ ਸਾਬਤ ਹੋਏ। ਇਸ ਇਲਾਕੇ ਦੇ ਵਿੱਚ ਜੇ ਗੱਲ ਕਰੀਏ ਤਾਂ ਬਹੁਤ ਘੱਟ ਪਰਿਵਾਰ ਸਨ ਜਿਹੜੇ ਸਮਾਜਿਕ ਰਾਜਨੀਤਿਕ ਆਰਥਿਕ ਸਾਰੇ ਪੱਖਾਂ ਤੋਂ ਸਮਰੱਥ ਹੋ ਕੇ ਚੇਤਨ ਸਨ, ਪੜ੍ਹੇ ਲਿਖੇ ਸਨ ਔਰ ਇਹ ਪਰਿਵਾਰ ਉਸ ਕਤਾਰ ਵਿੱਚ ਆਉਂਦਾ ਹੈ ਇਲਾਕੇ ਦੇ ਸਿਰਕਟ ਪਰਿਵਾਰਾਂ ਚੋਂ ਇੱਕ ਨਾਮੀ ਪਰਿਵਾਰ। ਸਰ ਢਿੱਲੋਂ ਸਾਹਿਬ ਕਿਸਾਨੀ ਤਾਂ ਕੀਤੀ ਲੇਕਿਨ ਉਹਨਾਂ ਦਰਜੇ ਦੀ ਮੁਰੱਬੇਬੰਦੀ ਦੇ ਵਿੱਚ ਜ਼ਮੀਨ ਅਲੋਟ ਹੋਈ ਕਲਰਾਠੀ, ਪਰੰਤੂ ਉਹਨਾਂ ਦੀ ਮਿਹਨਤ ਦਾ ਸਿੱਟਾ ਹੈ ਕਿ ਅੱਜ ਉੱਥੇ ਲਹਿਰ ਲਹਾਉਂਦੀਆਂ ਕਣਕਾਂ ਪੈਦਾ ਹੋਈਆਂ। ਖੇਤੀ ਦੇ ਵਿੱਚ ਜਦੋਂ ਵੀ ਕੋਈ ਨਵੀਂ ਤਕਨੀਕ ਆਈ, ਨਵੇਂ ਸੰਦ ਆਏ, ਉਹਨਾਂ ਨੇ ਪਹਿਲ ਕੀਤੀ। ਚਾਰ ਬੱਚੇ ਸਰ ਹਰਜੀਤ ਸਿੰਘ, ਉਹਨਾਂ ਦੇ ਸਪੁੱਤਰ ਬੀਬੀ ਸਰਬਜੀਤ ਕੌਰ, ਕਮਲਜੀਤ ਸਿੰਘ ਬਾਲੀ ਅਤੇ ਭੈਣ ਰਣਵੀਰ ਕੌਰ, ਉਹਨਾਂ ਨੇ ਜਨਮ ਲਿਆ, ਪੜ੍ਹਾਇਆ ਬੱਚਿਆਂ ਨੂੰ, ਪਰੰਤੂ ਕੁਦਰਤ ਦਾ ਕਹਿਰ ਵਾਪਰਨਾ ਸ਼ੁਰੂ ਹੋ ਗਿਆ। ਵੱਡੇ ਸਪੁੱਤਰ ਸਰਦਾਰ ਹਰਜੀਤ ਸਿੰਘ ਜੀਤੀ, ਜਿਹਨਾਂ ਨੂੰ ਪਿਆਰ ਨਾਲ ਕਹਿ ਲੈਂਦੇ ਸੀ, ਭਾਰ ਉਮਰ ਦੇ ਵਿੱਚ ਚੜ੍ਹਦੀ ਜਵਾਨੀ ਦੇ ਦਿਨ ਵਿੱਚ ਹੀ ਹਾਦਸੇ ਦੇ ਵਿੱਚ ਚਲੇ। ਉਸ ਤੋਂ ਬਾਅਦ ਕੁਝ ਸਾਲਾਂ ਦੇ ਵਕਫੇ ਤੋਂ ਬਾਅਦ ਛੋਟਾ ਸਪੁੱਤਰ ਸਰ ਕਮਲਜੀਤ ਸਿੰਘ ਬਾਲੀ, ਉਹ ਵੀ ਭਰ ਜੀਵਨ ਭਰ ਜਵਾਨੀ ਦੇ ਵਿੱਚ ਹੀ ਵਿਛੋੜਾ ਪੈ ਗਏ। ਇਹ ਦੁੱਖਾਂ ਅਤੇ ਕਹਿਰਾਂ ਦਾ ਸਮਾਂ ਸੀ ਅਤੇ ਇਸ ਦੁੱਖਾਂ ਅਤੇ ਕਹਿਰਾਂ ਦੇ ਸਮੇਂ ਦੇ ਵਿੱਚ ਜੇ ਕੋਈ ਢਾਲਸ ਬਣਿਆ ਪਰਮਾਤਮਾ ਤੋਂ ਬਾਅਦ, ਜਦੋਂ ਰਿਸ਼ਤੇ ਥੱਕ ਜਾਂਦੇ ਨੇ ਬੰਦੇ ਨੂੰ ਦਿਲਾਸੇ ਦੇ ਕੇ, ਪਰੰਤੂ ਉਹਨਾਂ ਦੀ ਧਰਮ ਪਤਨੀ ਸਰਦਾਰਨੀ ਰਣਜੀਤ ਕੌਰ ਉਹਨਾਂ ਦੇ ਨਾਲ ਇੱਕ ਆਸਰਾ ਬਣੀ ਔਰ ਉਹਨਾਂ ਨੇ ਆਪਣੇ ਪਤੀ ਦੇ ਹਰ ਕੰਮ ਦੇ ਵਿੱਚ, ਭਾਵੇਂ ਉਹ ਕਿਸਾਨੀ ਹੈ ਭਾਵੇਂ ਲੋਕਾਂ ਦੇ ਦੁੱਖ ਸੁੱਖ ਵਿੱਚ, ਆਪਣੇ ਦਰਦ ਨੂੰ ਲੈ ਕੇ ਵੀ ਜਾਂਦੀ ਰਹੀ। ਕੋਈ ਐਸਾ ਇਸ ਪਿੰਡ ਦਾ ਦੁਖਾਂਤ ਨਹੀਂ ਸੀ ਜਿਸ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਨਾ ਹੋਈ ਹੋ, ਔਰ ਭਾਵੇਂ ਸਮਾਜਿਕ ਫੰਕਸ਼ਨ ਸਨ ਜਾਂ ਕੋਈ ਰਾਜਨੀਤਿਕ, ਉਸ ਦੇ ਵਿੱਚ ਵੀ ਉਹਨਾਂ ਨੇ ਬਤੌਰ ਮੈਂਬਰ ਪੰਚਾਇਤ ਰਹੇ। ਸੋ ਇਸ ਤਰ੍ਹਾਂ ਦੇ ਪੜਾਅ ਦੇ ਵਿੱਚ ਇੱਕ ਪਤਨੀ ਦਾ ਆਸਰਾ ਉਹਨਾਂ ਲਈ ਢਾਲਸ ਬਣਿਆ। ਲੋਕ ਤਾਂ ਕਹਿੰਦੇ ਨੇ ਜੀ ਫਲਾਣਾ ਬੰਦਾ ਮਾੜਾ ਬੋਲਦਾ, ਪਰੰਤੂ ਸਰਦਾਰ ਪ੍ਰੀਤਮ ਸਿੰਘ ਜੀ ਢਿੱਲੋਂ ਨੂੰ ਮਿਲਣ ਵਾਲੇ ਸਾਰੇ ਜਾਣਦੇ ਨੇ ਕਿ ਮਾੜਾ ਤਾਂ ਸ਼ਬਦ ਕੀ, ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਦੇ ਉੱਚਾ ਨਹੀਂ ਬੋਲ ਕੇ ਦੇਖਿਆ, ਪਰੰਤੂ ਪਰਮਾਤਮਾ ਆਪਣੇ ਹਿਸਾਬ ਦੇ ਨਾਲ ਆਪਣੀਆਂ ਤਰਤੀਬਾਂ ਦੇ ਨਾਲ ਇਨਸਾਨਾਂ ਨੂੰ ਦੁੱਖ ਔਰ ਇਹ ਸੁੱਖ ਜਿਹੜਾ ਦਿੰਦਾ ਹੈ। ਅਤੇ ਜੇ ਕੋਈ ਇਨਸਾਨ ਤੋਂ ਪੁੱਛਣਾ ਹੋਵੇ ਤਾਂ ਕੋਈ ਕਹਿ ਨਹੀਂ ਸਕਦਾ ਕਿ ਐਸੇ ਭਰੇ ਅਤੇ ਸ਼ਰੀਫ ਇਨਸਾਨ ਨੂੰ ਇੰਨੇ ਵੱਡੇ ਦੁੱਖ ਪ੍ਰਾਪਤ ਹੋਏ ਹੋਣਗੇ। ਅਤੇ ਜਿਵੇਂ ਕਹਿੰਦੇ ਹੈ ਕਿ ਪਰਮਾਤਮਾ ਜੇ ਕੁਛ ਖੋਹਦਾ ਤਾਂ ਦੂਸਰੇ ਪਾਸੇ ਦਿੰਦਾ ਵੀ, ਭਾਵੇਂ ਇਹ ਪੁੱਤਰਾਂ ਦਾ ਜੋ ਸਥਾਨ ਹੈ, ਜੋ ਮਮਤਾ ਹੈ, ਉਹਨੂੰ ਕਿਸੇ ਇਨਸਾਨ ਦਾ ਅੱਜ ਤੱਕ ਹੱਕ ਨਹੀਂ ਬਣਿਆ ਕਿ ਕਿਸੇ ਨੂੰ ਦੇ ਕੇ ਉਹ ਅਹਿਸਾਸ ਕਰਾ ਸਕੇ। ਪਰੰਤੂ ਸਰ ਢਿੱਲੋਂ ਪਰਿਵਾਰ ਨੂੰ ਜਵਾਈਆਂ ਦੇ ਰੂਪ 'ਚ ਪੁੱਤਰ ਮਿਲੇ। ਪਹਿਲਾਂ ਭੈਣ ਸਰਬਜੀਤ ਕੌਰ ਦਾ ਵਿਆਹ ਹੋਇਆ ਸਰਦਾਰ ਪਰਮਜੀਤ ਸਿੰਘ ਜੀ ਗੁਰਾਇਆ ਪੁਲਿਸ ਦੇ ਵਿੱਚ, ਜੋ ਜੁਆਇੰਟ ਡਾਇਰੈਕਟਰ ਵਿਜੀਲੈਂਸ ਸੇਵਾ ਨਿਭਾ ਰਹੇ ਨੇ। ਸੋ ਉਸ ਤੋਂ ਬਾਅਦ ਛੋਟੀ ਭੈਣ ਰਣਪ੍ਰੀਤ ਕੌਰ ਦਾ ਵਿਆਹ ਕਾਕਾ ਗੁਰਦੇਵ ਸਿੰਘ ਧਾਲੀਵਾਲ, ਜੋ DSP ਪਟਿਆਲਾ ਸੇਵਾ ਨਿਭਾ ਰਹੇ ਨੇ। ਔਰ ਜੇ ਕਹਿੰਦੇ ਹੈ ਕਿ ਜਵਾਨਾਂ ਨੂੰ ਪੁੱਤਰਾਂ ਦੇ ਰੂਪ 'ਚ ਦੇਖਣਾ ਹੋਵੇ ਤਾਂ ਇਹਨਾਂ ਦੇ ਇਸ ਜੋੜੀ ਦੇ ਵਿੱਚੋਂ ਇਸ ਕਹੇ ਨੂੰ ਸੱਚ ਜਾਣ ਕੇ ਦੇਖਿਆ ਜਾ ਸਕਦਾ।
ਸਾਹ ਢਿੱਲੋਂ ਸਾਹਿਬ ਦਾ ਜਿਹੜਾ ਲਾਸਟ ਸਮਾਂ ਸੀ ਉਹ ਬਿਮਾਰੀਆਂ ਨਾਲ ਜੂਝਦੇ ਰਹੇ। ਲੰਮਾ ਸਮਾਂ ਉਹਨਾਂ ਨੂੰ ਪੀੜਾਂ ਚੋਂ ਗੁਜ਼ਰਨਾ ਪਿਆ, ਪਰੰਤੂ ਕੋਈ ਵੀ ਐਸਾ ਸਮਾਂ ਨਹੀਂ ਸੀ ਜਦੋਂ ਉਹਨਾਂ ਨੇ ਮਾੜਾ ਜਿਹਾ ਮਹਿਸੂਸ ਕੀਤਾ ਅਤੇ ਉਹਨਾਂ ਨੂੰ ਹਸਪਤਾਲ ਨਾ ਪਹੁੰਚਾਇਆ। ਚੋਟੀ ਦੇ ਹਸਪਤਾਲਾਂ ਦੇ ਵਿੱਚ ਉਹਨਾਂ ਦਾ ਇਲਾਜ ਕਰਾਇਆ। ਜੇ ਘਰ ਵੀ ਆਏ ਤਾਂ ਡਾਕਟਰਾਂ ਦੀ ਟੀਮ ਇੱਥੇ ਰਹਿੰਦੀ ਰਹੀ ਪਿਛਲੇ ਦਿਨਾਂ ਦੇ ਵਿੱਚ। ਸੋ ਕੋਈ ਮਨੁੱਖ ਦੇ ਕਰਨ ਵਾਲਾ ਜੋ ਪਰਮਾਤਮਾ ਨੂੰ ਛੱਡ ਕੇ ਮਨੁੱਖ ਕਰ ਸਕਦਾ ਹੈ, ਐਸਾ ਅਹਿਸਾਸ ਇਸ ਜੋੜੀ ਨੇ ਗੁਰਾਇਆ ਸਾਹਿਬ ਔਰ ਧਾਲੀਵਾਲ ਸਾਹਿਬ ਨੇ ਕਰਾ ਕੇ ਇਹ ਇਕੱਲੇ ਪਰਿਵਾਰ ਦੇ ਲਈ ਨਹੀਂ ਪੂਰੇ ਇਸ ਇਲਾਕੇ ਦੇ ਲਈ ਇੱਕ ਮਿਸਾਲ ਨੇ। ਇਹ ਇਲਾਕੇ ਦੇ ਵਿੱਚ ਜੇ ਸਾਨੂੰ ਸਾਰਿਆਂ ਨੂੰ ਮਾਣ ਹੁੰਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਜਿੱਥੇ ਜਿੱਥੇ ਵੀ ਗੁਰਾਇਆ ਸਾਹਿਬ ਧਾਲੀਵਾਲ ਸਾਹਿਬ ਰਹੇ, ਮੈਨੂੰ ਸਵਾ ਸਾਲ ਡੇਢ ਸਾਲ ਤੋਂ ਸੰਗਰੂਰ ਵਿਚਰਨ ਦਾ ਮੌਕਾ ਮਿਲਿਆ। ਬਹੁਤ ਸਾਰੇ ਲੋਕ ਮਿਲਦੇ ਨੇ ਜਿਹੜੇ ਕਹਿੰਦੇ ਨੇ ਕਿ ਉਹ ਇਕੱਲੀ ਪੁਲਿਸ ਦੀ ਸੇਵਾ ਨਹੀਂ ਸੀ ਨਿਭਾਉਂਦੇ, ਸਗੋਂ ਸਮਾਜ ਦੇ ਵਿੱਚ ਭਾਈਚਾਰਾ ਸਥਾਪਿਤ ਕਰਦੇ ਸਨ। ਜਿਹਦੇ ਸਿੱਟੇ ਵਜੋਂ ਅਸੀਂ ਅੱਜ ਦੇਖਿਆ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਵੀ ਜਿੱਥੇ ਵੀ ਇਹ ਰਹੇ ਉੱਥੇ ਅਖਬਾਰ ਪੜ੍ਹ ਕੇ, ਕਿਉਂਕਿ ਕਾਰਡ ਜਾਂ ਕੋਈ ਹੋਰ ਕਿਸੇ ਸਾਧਨ ਦੇ ਜ਼ਰੀਏ ਸੁਨੇਹਾ ਨਹੀਂ ਸੀ ਕਨਵੇ ਕੀਤਾ, ਸਿਰਫ ਅਖਬਾਰ ਨੂੰ ਮਾਧਿਅਮ ਬਣਾਇਆ ਸੀ। ਅਖਬਾਰ 'ਚ ਜਿਨ੍ਹਾਂ ਨੇ ਪੜ੍ਹਿਆ ਉਹ ਹਰ ਵਿਅਕਤੀ ਇਸ ਸ਼ੋਕਮਈ ਸਮਾਗਮ ਦੇ ਵਿੱਚ ਸ਼ਰਧਾ ਅਰਪਿਤ ਕਰਨ ਦੇ ਲਈ ਢਿੱਲੋਂ ਸਾਹਿਬ ਨੂੰ ਆਇਆ। ਇਸ ਪਰਿਵਾਰ ਦਾ ਇੱਕ ਨੇੜਲਾ ਜਿਹੜਾ ਸਾਥੀ ਪਰਿਵਾਰ ਹੈ, ਜਿਹਨੂੰ ਅਸੀਂ ਕੂਕਾ ਪਰਿਵਾਰ ਕਹਿ ਲੈਂਦੇ ਹਾਂ, ਬਰਾੜ ਪਰਿਵਾਰ ਹੈ ਵੈਸੇ, ਸਰ ਰਣਵੀਰ ਸਿੰਘ ਜੀ ਜਿਹੜੇ ਸਾਹ ਪ੍ਰੀਤਮ ਸਿੰਘ ਜੀ ਦੇ ਜੇ ਕਹਿ ਲਈਏ ਕਿ ਤੀਸਰੇ ਪੁੱਤਰ ਦੇ ਰੂਪ 'ਚ ਉਹ ਪਰਮਾਤਮਾ ਨੇ ਉਹਨਾਂ ਨੂੰ ਦਿੱਤਾ। ਬਹੁਤ ਵੱਡੀ ਸੇਵਾ ਉਹਨਾਂ ਨੇ ਆਪ ਔਰ ਉਸ ਸਮੁੱਚੇ ਪਰਿਵਾਰ ਨੇ ਇਸ ਪਰਿਵਾਰ ਦੇ ਦੁੱਖਾਂ ਸੁੱਖਾਂ ਦੇ ਵਿੱਚ ਖੜ ਕੇ ਨਾਲ ਕੀਤੀ। ਉੱਥੇ ਹੀ ਸੇਵਾਦਾਰਨੀ ਸੀਤਾ, ਜਿਹਨੂੰ ਜੇ ਸੇਵਾਦਾਰਨੀ ਦੇ ਰੂਪ 'ਚ ਨਹੀਂ ਉਹ ਇੱਕ ਧੀ ਦੇ ਰੂਪ 'ਚ ਇੱਥੇ ਢਿੱਲੋਂ ਸਾਹਿਬ ਦੇ ਜਿਹੜੀ ਆਖਰੀ ਸਮੇਂ ਦੀ ਸ਼ੁਰੂ ਤੋਂ ਲੈ ਕੇ ਉਹ ਸੇਵਾ ਉਹਨਾਂ ਨੇ ਨਿਭਾਈ, ਇਹ ਜ਼ਿਕਰ ਜੋ ਇੱਥੇ ਕਹਿਣਾ ਬਣਦਾ ਸੀ। ਅੱਜ ਦੋਹੇ ਦੋਹਤੀਆਂ ਦੀ ਫੁਲਵਾੜੀ ਦੇ ਵਿੱਚ ਉਹਨਾਂ ਦੇ ਵੱਡੀ ਦੋਹਤੀ ਗੁਰਾਇਆ ਸਾਹਿਬ ਦੀ ਬੇਟੀ ਹੇਮਪ੍ਰੀਤ ਕੌਰ ਜੋ ਵਿਆਹੀ ਗਈ ਅਜੇਪਾਲ ਸਿੰਘ ਮਾਨ ਹੋਰਾਂ ਨਾਲ ਕੈਨੇਡਾ ਦੇ ਵਿੱਚ ਸੈਟਲ ਨੇ, ਦੋਹਤਾ ਵਿਕਰਮਜੀਤ ਸਿੰਘ ਵਿੱਕੀ ਕੰਪਿਊਟਰ ਇੰਜੀਨੀਅਰ ਹੈ, ਔਰ ਛੋਟੇ ਭੈਣ ਰਣਪ੍ਰੀਤ ਦੀ ਬੇਟੀ ਪ੍ਰੀਤ ਕਮਲ ਕੌਰ ਕੈਮੀਕਲ ਇੰਜੀਨੀਅਰਿੰਗ ਜੋ ਥਾਪਰ ਯੂਨੀਵਰਸਿਟੀ ਤੋਂ ਕਰ ਰਹੀ ਹੈ, ਉੱਥੇ ਹੀ ਦਾਸ ਕਰਨ ਸਿੰਘ ਦੋਹਤਾ 10+2 ਦੀ ਸਿੱਖਿਆ ਹਾਸਲ ਕਰ ਰਿਹਾ ਹੈ। ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਨੂੰ ਤਰੱਕੀਆਂ ਬਖਸ਼ਣ, ਤਾਂ ਕਿ ਜਿਹੜਾ ਪਰਿਵਾਰ ਦਾ ਉਹ ਘਾਟਾ ਹੈ ਸਾਹਿਬ ਪ੍ਰੀਤਮ ਸਿੰਘ ਜੀ ਢਿੱਲੋਂ ਸਾਹਿਬ ਦਾ ਨਹੀਂ, ਉਹ ਦੇਖ ਕੇ ਬੱਚਿਆਂ ਦੇ ਅੱਗੇ ਤੀਸਰੀ ਪੀੜ੍ਹੀ ਨੂੰ ਜਿਹੜਾ ਗਏ, ਅਤੇ ਪ੍ਰੰਤੂ ਸਾਹਿਬ ਦੀ ਰਣਜੀਤ ਕੌਰ ਇਹ ਜ਼ਰੂਰ ਬੱਚਿਆਂ ਦੀ ਜਿਹੜੀਆਂ ਤਰੱਕੀਆਂ ਨੂੰ ਦੇਖ ਕੇ ਉਹ ਸ਼ਾਇਦ ਕੋਈ ਘੱਟ ਦੁੱਖ ਦੇ ਅਹਿਸਾਸ ਨੂੰ ਕਰ ਸਕਣ। ਇਸ ਸ਼ੋਕਮਈ ਸਮਾਗਮ ਦੇ ਵਿੱਚ ਸਵੇਰ ਤੋਂ ਲੈ ਕੇ ਜੋ ਰਾਜਨੇਤਾ ਸਮਾਜਿਕ ਲੀਡਰ ਇੱਥੇ ਸ਼ਾਮਿਲ ਹੋਏ ਨੇ ਔਰ ਸ਼ਾਮਿਲ ਹੋ ਕੇ ਗਏ ਵੀ ਨੇ, ਮੈਂ ਉਹਨਾਂ ਦਾ ਵੇਰਵਾ ਸੰਗਤ ਦੇ ਕੋਲ ਰੱਖਣਾ। ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਦੀ ਸਪੁੱਤਰੀ ਬੀਬੀ ਕੁਲਦੀਪ ਕੌਰ ਟੌੜਾ ਜੀ ਸ਼ਾਮਿਲ ਨੇ, ਸਰਦਾਰ ਸੁਰਜੀਤ ਸਿੰਘ ਜੀ ਰੱਖੜਾ, ਸਾਬਕਾ ਮੰਤਰੀ ਪੰਜਾਬ ਸਰਦਾਰ ਹਰਿੰਦਰ ਸਿੰਘ ਜੀ ਹੈਰੀਮਾਨ, ਹਲਕਾ ਇੰਚਾਰਜ ਸਨੌਰ ਸ਼੍ਰੀ ਵਿਜੇ ਇੰਦਰ ਸਿੰਗਲਾ ਜੀ, MLA ਸੰਗਰੂਰ ਸਰਦਾਰ ਨਿਰਮਲ ਸਿੰਘ ਜੀ, MLA ਸ਼ਤਰਾਣਾ ਸ਼੍ਰੀ KK ਸ਼ਰਮਾ ਜੀ ਚੇਅਰਮੈਨ PRTC ਪੰਜਾਬ, ਸ਼੍ਰੀ ਸੰਜੀਵ ਸ਼ਰਮਾ ਸਮੇਤ ਸਾਰੇ ਕੌਂਸਲਰਸ, ਮੇਅਰ ਕਾਰਪੋਰੇਸ਼ਨ ਪਟਿਆਲਾ, ਸਰਦਾਰ ਸੁਰਜੀਤ ਸਿੰਘ ਜੀ ਕੋਹਲੀ ਸਾਬਕਾ ਮੰਤਰੀ ਪੰਜਾਬ, ਸਰਦਾਰ ਜਸਪਾਲ ਸਿੰਘ ਜੀ ਹਾਂਸ ਕਮਾਂਡੈਂਟ ਪੰਜਾਬ ਪੁਲਿਸ,
ਸਾਹ ਹਰਿੰਦਰ ਸਿੰਘ ਜੀ ਐਸ ਪੀ ਹੈੱਡਕੁਆਟਰ ਸੰਗਰੂਰ, ਰਿਟਾਇਰਡ ਆਈ ਜੀ ਪੁਲਿਸ ਸਰਦਾਰ ਪਰਮਜੀਤ ਸਿੰਘ ਜੀ ਗਿੱਲ, ਸਰਦਾਰ ਸੁਖਚੈਨ ਸਿੰਘ ਜੀ ਗਿੱਲ ਆਈ ਪੀ ਐੱਸ ਕਮਿਸ਼ਨਰ ਲੁਧਿਆਣਾ, ਸਰਦਾਰ ਸ਼ਰਨਜੀਤ ਸਿੰਘ ਜੀ ਐੱਸ ਪੀ ਬਰਨਾਲਾ, ਪ੍ਰਧਾਨ ਬਾਰ ਐਸੋਸੀਏਸ਼ਨ ਪਟਿਆਲਾ ਸਾਹਿਬ ਬਿਕਰਮਜੀਤ ਸਿੰਘ ਜੀ ਭੁੱਲਰ, ਸਰਦਾਰ ਸੁਖਦੇਵ ਸਿੰਘ ਜੀ ਵਿਰ ਐੱਸ ਪੀ ਬਰਨਾਲਾ, ਸਰਦਾਰ ਅਨਮੋਲਜੀਤ ਸਿੰਘ ਧਾਲੀਵਾਲ ਐੱਸ ਡੀ ਐੱਮ ਪਟਿਆਲਾ, ਸਾਹਿਬ ਪਿਰਥੀਪਾਲ ਸਿੰਘ ਜੀ ਐੱਸ ਪੀ ਸਾਹਿਬ, ਏ ਐੱਸ ਰਾਏ ਜੀ ਆਈ ਪੀ ਐੱਸ ਆਈ ਜੀ ਪਟਿਆਲਾ ਨੇ, ਸਰਦਾਰ ਮਨਜੀਤ ਸਿੰਘ ਜੀ ਬਰਾੜ ਐੱਸ ਪੀ ਸਾਹਿਬ, ਸਰਦਾਰ ਸੇਵਾ ਸਿੰਘ ਜੀ ਮੱਲੀ ਐੱਸ ਪੀ ਪੰਜਾਬ ਪੁਲਿਸ, ਸਰਦਾਰ ਪਰਮਜੀਤ ਸਿੰਘ ਜੀ ਉਮਰਾ ਨੰਗਲ ਆਈ ਜੀ ਸਾਹਿਬ, ਜਿਨ੍ਹਾਂ ਦਾ ਸਰਦਾਰ ਗੁਰਦੇਵ ਸਿੰਘ ਜੀ ਧਾਲੀਵਾਲ ਹੋਰ ਨਾਲ ਪਿਛੋਕੜ ਮਿਲਦਾ ਹੈ। ਇਹਨਾਂ ਦੇ ਵਿਆਹ ਸਮੇਂ ਵੀ ਸਰਦਾਰ ਜੀਵਨ ਸਿੰਘ ਜੀ ਉਮਰਾ ਨੰਗਲ ਬਰਾਤ ਵਿੱਚ ਸ਼ਾਮਿਲ ਸਨ ਭਾਈਚਾਰੇ ਵੱਲੋਂ। ਸ੍ਰੀ ਐੱਸ ਐੱਸ ਪੀ ਸਾਹਿਬ ਪਟਿਆਲਾ ਸਰਦਾਰ ਹਰਿੰਦਰ ਸਿੰਘ ਜੀ ਚਾਹਲ, ਰਿਟਾਇਰਡ ਆਈ ਜੀ ਪੰਜਾਬ ਪੁਲਿਸ, ਸਰਦਾਰ ਸੁਖਦੇਵ ਸਿੰਘ ਜੀ ਮਹਿਤਾ, ਸਕੱਤਰ ਪੰਜਾਬ ਕਾਂਗਰਸ, ਸਰਦਾਰ ਜਗਿੰਦਰ ਸਿੰਘ ਜੀ ਜੋਗੀ, ਸੀਨੀਅਰ ਡਿਪਟੀ ਮੇਅਰ ਪਟਿਆਲਾ, ਸਰਦਾਰ ਸੁਰਜੀਤ ਸਿੰਘ ਜੀ ਅਮਲੋਵਾਲ, ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸਰਦਾਰ ਜਸਪਾਲ ਸਿੰਘ ਜੀ ਕਲਿਆਣ, ਸਰਦਾਰ ਨਿਰਮਲ ਸਿੰਘ ਜੀ ਹਰਿਆਊ, ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ੋਭ ਸਰਦਾਰ ਕਮਲਜੀਤ ਸਿੰਘ ਜੀ ਗੋਨਾ, ਸਾਬਕਾ ਕੌਂਸਲਰ ਪਟਿਆਲਾ, ਸਾਹਿਬ ਰਵਿੰਦਰ ਸਿੰਘ ਜੀ ਧੂਰੀ, ਡਾਕਟਰ ਮਾਲਵਾ ਗ੍ਰਾਮੀਣ ਬੈਂਕ, ਪ੍ਰੀਤਿੰਦਰ ਗੋਗਾ ਜੀ ਸਾਬਕਾ ਪ੍ਰਧਾਨ ਮਿਊਂਸਪਲ ਕਮੇਟੀ ਮੁੱਲਾ ਪ੍ਰਤਾਖਾ, ਸਾਹਿਬ ਗੁਰਜੀਤ ਸਿੰਘ ਜੀ ਮਾਜਰੀ ਮੈਂਬਰ ਐੱਸ ਜੀ ਪੀ ਸੀ, ਸਰਦਾਰ ਭਗੇਤ ਸਿੰਘ ਜੀ ਪਾਸੋਂ, ਸਾਹਿਬ ਸੁਚੈਤ ਸਿੰਘ ਜੀ ਬੀ ਡੀ ਪੀ ਓ ਸੁਨਾਮ, ਸੋਨੀ ਗਾਲਵ ਜੀ ਲੁਧਿਆਣਾ, ਸਰਦਾਰ ਮਾਨ ਸਿੰਘ ਜੀ ਗਰਜਾ ਸੀਨੀਅਰ ਅਕਾਲੀ ਆਗੂ, ਸ੍ਰੀ ਜਗਦੀਸ਼ ਰਾਏ ਜੀ ਪ੍ਰਧਾਨ ਨਗਰ ਪੰਚਾਇਤ ਮੋਹਣ, ਸਰਦਾਰ ਰਜਿੰਦਰ ਸਿੰਘ ਜੀ ਰਾਜਾ ਵੀਰਕਲਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਸੰਗਰੂਰ, ਸਰ ਰਵਿੰਦਰ ਸਿੰਘ ਜੀ ਗਿੰਨੀ ਢਿੱਲੋਂ ਭਾਜਪਾ ਤੋਂ, ਸਰ ਜਤਿੰਦਰਪਾਲ ਸਿੰਘ ਜੀ ਐੱਮ ਡੀ ਜੀ ਐੱਸ ਗਰੁੱਪ ਪਟਿਆਲਾ, ਰਾਜਾ ਐਵਨਿਊ ਕਲੋਨੀ ਦੇ ਸਮੂਹ ਮੈਂਬਰਾਂ, ਸਰਦਾਰ ਅਮਰਜੀਤ ਸਿੰਘ ਜੀ ਟੀ ਟੂ ਪ੍ਰਧਾਨ ਵਪਾਰ ਮੰਡਲ ਸੰਗਰੂਰ, ਸ੍ਰੀ ਹਰੀਸ਼ ਸਿੰਗਲਾ ਜੀ ਪ੍ਰਧਾਨ ਸ਼ਿਵ ਸੈਨਾ ਪੰਜਾਬ, ਸ਼ੋਕ ਸੰਦੇਸ਼ ਪ੍ਰਾਪਤ ਹੋਏ ਨੇ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ, ਮੈਂਬਰ ਰਾਜ ਸਭਾ, ਸਾਬਕਾ ਮੰਤਰੀ ਭਾਰਤ ਸਰਕਾਰ ਮਹਾਰਾਣੀ ਪ੍ਰਨੀਤ ਕੌਰ ਜੀ, ਸਾਬਕਾ ਵਜ਼ੀਰ ਭਾਰਤ ਸਰਕਾਰ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਪੰਚਾਇਤ ਘੱਗਾ, ਸੈਲਰ ਐਸੋਸੀਏਸ਼ਨ ਘੱਗਾ, ਆੜ੍ਹਤੀ ਐਸੋਸੀਏਸ਼ਨ ਘੱਗਾ, ਪ੍ਰਬੰਧਕ ਕਮੇਟੀ ਸਮਾਪ ਬਾਬਾ ਚੇਤਨ ਦਾਸ ਜੀ, ਲੈਂਸ ਕਲੱਬ ਘੱਗਾ ਅਤੇ ਹੋਰ ਸ਼ੋਕ ਮਤੇ ਮੈਂ ਬਾਅਦ 'ਚ ਬੋਲਾਂਗਾ, ਅਤੇ ਸਮੁੱਚਾ ਮੀਡੀਆ ਜੋ ਇਸ ਸ਼ੋਕ ਸਮਾਗਮ ਵਿੱਚ ਹੈ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਪਰਿਵਾਰ ਵੱਲੋਂ। ਹੁਣ ਮੈਂ ਬੇਨਤੀ ਕਰਾਂਗਾ ਪਰਿਵਾਰ ਵੱਲੋਂ ਆਈ ਸੰਗਤ ਦਾ ਧੰਨਵਾਦ ਕਰਨਗੇ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂੰਗਰ, ਸਿੱਖ ਕੌਮ ਦੇ ਜੋ ਮਹਾਨ ਸ਼ਖਸੀਅਤ ਨੇ, ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂੰਗਰ। ਨਾ ਬਸ ਸ਼ਖਸੀਅਤ ਕਿੰਨੇ ਇੱਕ ਇਨਸਾਨ ਕਰਦੇ ਕਿਸਾਨ ਸਬਰ ਸਤਿਗੁਰੂ ਪਾਤਸ਼ਾਹ ਦਰਬਾਰ ਸਾਹਿਬ ਗੁਰਮੁਖ ਸਾਹਿਬ ਪਾਤਸ਼ਾਹ ਦਾ ਕਰਵਾਇਆ ਗਿਆ ਪਾਠ ਭੋਗ ਹੈ ਪ੍ਰਬੰਧ ਗੁਰਦੁਆਰਾ ਸਾਹਿਬ ਵਿੱਚ, ਕੀਰਤਨ ਕਥਾ ਦਰਬਾਰ ਸਾਹਿਬ ਹੈ। ਔਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ 1430 ਅੰਗ ਵਿੱਚ ਜਿੱਥੇ ਸਮੁੱਚੇ ਬ੍ਰਹਿਮੰਡ ਦਾ ਗਿਆਨ ਹੈ, ਵਿਗਿਆਨ ਹੈ ਔਰ ਇੱਕ ਜੀਵਨ ਯੁੱਗ ਵੀ ਹੈ ਔਰ ਮਰਦ ਦੇ ਯੁੱਗ ਵੀ ਦੱਸੀ ਹੋਈ ਹੈ, ਜ਼ਿੰਦਗੀ ਅਤੇ ਮੌਤ ਦਾ ਕੀ ਰਹੱਸ ਹੈ, ਕੀ ਭੇਦ ਹੈ, ਉਹ ਪੂਰਾ ਵਿਸਥਾਰ ਨਾਲ ਗੁਰੂ ਗ੍ਰੰਥ ਸਾਹਿਬ ਚਰਚ ਆਪਾਂ ਨੂੰ ਸਮਝਾਇਆ ਗਿਆ।
ਉਹ ਜਿਸ ਤਰ੍ਹਾਂ ਸੰਸਾਰ ਹੋਂਦ ਵਿੱਚ ਆਇਆ, ਫਿਰ ਸਮਾਪਤ ਹੋਇਆ, ਫਿਰ ਹੋਂਦ ਵਿੱਚ ਆਇਆ, ਫਿਰ ਸਮਾਪਤ ਹੋਇਆ, ਇਹਦੇ ਬਾਰੇ ਵੀ ਆਪਾਂ ਪੂਰੀ ਸੋਝੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਹੋ ਮਿਲਦੀ ਹੈ। ਪਾਤਸ਼ਾਹ ਪੁਰਾ ਜੋ ਦਿਸੇ ਸੋ ਸਗਰ ਵਿਰਾਸੇ ਜੋ ਪਾਦਰ ਕਿਸਾ, ਔਰ ਇਹ ਵੀ ਕਿਹਾ ਦਿਸਦਾ ਕਈ ਵਾਰ ਪਸਰੇ ਪਾਸਾ, ਇਹ ਤਾਂ ਖੇਡ ਹੈ, ਇਹ ਕਈ ਵਾਰ ਇਹ ਹੋਂਦ ਵਿੱਚ ਆਇਆ ਅਤੇ ਉਹਦੀ ਆਪਣੀ ਮਰਜ਼ੀ ਨਾਲ ਉਹਨੇ ਇਹਨੂੰ ਸਮਾਪਤ ਨਹੀਂ ਕਰਦਾ। ਔਰ ਮਨੁੱਖ ਮੰਤਰ ਹੈ ਉਹਦੇ ਬੜੇ ਬੜਾ ਸਪਸ਼ਟ ਤੌਰ ਸਮਝਾਇਆ ਕਿ ਜਦੋਂ ਮਾਤਾ ਦੇ ਗਰਭ ਵਿੱਚ ਇਹ ਆਤਮਾ ਪ੍ਰਵੇਸ਼ ਕਰਦੀ ਹੈ ਤੇ ਉਹਦਾ ਕਾਲ ਵੀ ਨਾਲ ਹੀ ਹੈ ਪ੍ਰਵੇਸ਼ ਕਰਦਾ ਹੈ। ਕਾਲ ਔਰ ਜ਼ਿੰਦਗੀ, ਕਾਲ ਅਤੇ ਜ਼ਿੰਦਗੀ ਦਿਨ ਔਰ ਰਾਤ ਵਾਂਗ ਇੱਕ ਦੂਜੇ ਦੇ ਸਹਿਯੋਗੀ ਨਹੀਂ। ਪਰ ਪਾਤਸ਼ਾਹ ਕਹਿੰਦੇ ਕਾਲ ਹਰ ਵਾਰ ਝਪਟ ਮਾਰਦਾ ਹੈ, ਆਪਣਾ ਦਾਰ ਲਾਉਣ ਦਾ ਯਤਨ ਕਰਦਾ ਹੈ, ਦੇਖ ਪਾਨ ਕਰ ਕਾਲ ਸਤਾਏ। ਪਰ ਅੱਗੇ ਪਾਤਸ਼ਾਹ ਕਹਿ ਮਨ ਰਖਾਏ, ਮੰਨਣ ਪਿਆਏ, ਉਹਨਾਂ ਚਿਰ ਉਹ ਕੁਛ ਨਹੀਂ ਕਰ ਸਕਦਾ ਜਿੰਨਾ ਚਿਰ ਜਿੰਨੇ ਸਵਾਸ ਅਕਾਰ ਤੋਂ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਨੇ ਉਹਨਾਂ ਚਿਰ ਉਹ ਕੁਛ ਨਹੀਂ ਕਰ ਸਕਦਾ। ਇਹ ਤਾਂ ਖੇਡ ਉਹਦੇ ਹੀ ਬਣਦਾ ਹੈ ਅਤੇ ਪਾਤਸ਼ਾਹ ਨੂੰ ਜਿੰਨਾ ਚਿਰ ਹੀ ਚੱਲਣਾ ਹਰ ਤਰ੍ਹਾਂ ਦੇ ਸੁਣਾਏ ਸਾਹਿਬ ਦਾ ਪਰਿਵਾਰ ਉੱਚੂ ਕਰ ਲੈਂਦਾ ਹੈ। ਜਦੋਂ ਉਹਦਾ ਫਰਮਾਨ ਆ ਗਿਆ, ਉਹਦਾ ਸੱਦਾ ਆ ਗਿਆ, ਫਿਰ ਕੋਈ ਡਾਕਟਰ, ਕੋਈ ਵੈਦ, ਕੋਈ ਹਕੀਮ, ਕੋਈ ਤਾਕਤ, ਕੋਈ ਕਿਸੇ ਤਰ੍ਹਾਂ ਕੋਈ ਤੈਨੂੰ ਬਚਾ ਨਹੀਂ। ਇਸੇ ਕਰਕੇ ਕਿਹਾ ਬਾਦਸ਼ਾਹ ਸ਼ਾਹਬਾ ਭਾਰੀ ਮੰਗਣਾ ਜੋ ਦਿਸ਼ੇ ਸੋ ਪਾਲੇ ਕਰਨਾ। ਵੈਸਾ ਵੀ ਆਪਾਂ ਦਿਨ ਰਹਿ ਗਿਆ ਤਨ ਦਾ ਖਾਸ ਪਤਾਲ ਹੈ, ਚੰਦ ਸਕੂਲ ਬਿਨੋ ਸੀ ਜਿਹੜੀ ਧਰਤੀ ਹੈ, ਖਾਸ ਹੈ ਪਤਾਲ ਹੈ, ਚੰਦ ਹੈ ਸੂਰਜ ਹੈ, ਜਿਹਨੂੰ ਆਪਾਂ ਸੋਚ ਹੀ ਨਹੀਂ ਸਕਦੇ ਕਿ ਚੰਦ ਸੂਰਜ ਦਾ ਵੀ ਕਿਤੇ ਅੰਤ ਹੋਇਆ ਹੋਊਗਾ। ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪਾਂ ਨੂੰ ਸੋਝੀ ਦਿੰਦੇ ਨੇ ਕਿ ਇਹਨਾਂ ਦਾ ਵੀ ਅੰਤ ਹੁੰਦਾ ਹੈ, ਇਹਨਾਂ ਦਾ ਵੀ ਅੰਤ ਹੁੰਦਾ ਹੈ ਅਤੇ ਇਹ ਉਹਦੀ ਖੇਡ ਪ੍ਰਣਾਲੀ ਦੁਆਰਾ ਫਿਰ ਹੋਣ ਵਿੱਚ ਆਉਂਦਾ ਹੈ। ਇਹ ਜੋ ਖਾਤਮੁਖ ਦੇ ਖੇਡ ਹੈ, ਉਸ ਖੇਡ ਦੇ ਅੰਦਰ ਹੀ ਸਰਦਾਰ ਬਰਿੰਦਰ ਸਿੰਘ ਜੀ ਟਿੰਡੋ ਸਾਹਿਬ ਭਾਈ ਸਾਹਿਬ ਭਾਈ ਹਜ਼ਾਰਾ ਸਿੰਘ ਜੀ ਦੇ ਕਹਿੰਦੇ ਵਿਖੇ ਸੰਸਾਰ ਵਿੱਚ ਆਏ, ਜਿੰਨੇ ਸਵਾਸ ਉਹਨਾਂ ਨੂੰ ਬਖਸ਼ਿਸ਼ ਕੀਤੇ ਪਾਤਸ਼ਾਹ ਨੇ, ਉਹ ਆਪਣੇ ਇੱਕ ਸਭ ਇਨਸਾਨ ਦੀ ਤਰ੍ਹਾਂ ਜੀ ਕੇ ਆਪਾਂ ਤੋਂ ਸਦਾ ਲਈ ਪਿਛੜ ਗਏ। ਇਸ ਤਰ੍ਹਾਂ ਫਰਮਾਇਆ ਜੰਮਣ ਮਰਨਾ ਵੱਡਾ ਵਿਛੋੜਾ ਬਿਨਸੇ ਸਭ, ਇਹ ਜਿਹੜਾ ਸਾਰਾ ਜਾਗਾ ਪਾਤਸ਼ਾਹ ਕਹਿੰਦੇ ਇਹ ਤਾਂ ਬਿਨਸੜ ਇਸੇ ਤਰ੍ਹਾਂ, ਪਰ ਇਹ ਵਿਛੋੜਾ ਦੋਨੇ ਤਰ੍ਹਾਂ ਦਾ ਜਿਹੜਾ ਉਹ ਬਹੁਤ ਦੁਖਦਾਇਕ ਹੈ। ਆਪਾਂ ਮੰਨਦੇ ਹਾਂ ਕਿ ਜਦੋਂ ਬਹੁਤ ਹੋ ਗਈ ਉਹ ਵਿਛੋੜਾ ਤਾਂ ਲੱਗਦਾ ਹੈ ਬੜਾ ਦੁਖਦਾਇਕ ਹੈ। ਜਿਸਾ ਪ੍ਰੀਤਮ ਸਿੰਘ ਜੀ ਚਲੇ ਗਏ, ਸਾਡੀ ਭੈਣ ਬੇਬਾ ਸਰਜੀਤ ਕੌਰ ਲਈ, ਬੇਟੀ ਸਰਜੀਤ ਲਈ, ਬੇਟੀ ਰਣਵੀਰ ਕੌਰ ਲਈ, ਉਹਨਾਂ ਦੇ ਦੋਵੇਂ ਦਵਾਈ ਸਰਦਾਰ ਪਰਮਜੀਤ ਸਿੰਘ ਗੁਰਾਇਆ ਜੀ ਸਰ, ਦੇਵ ਸਿੰਘ ਧਾਲੀਵਾਲ ਸਿੰਘ ਲਈ, ਉਹਨਾਂ ਦੇ ਦੋਹਤਿਆਂ ਲਈ, ਦੋਹਤਿਆਂ ਲਈ। ਪਰ ਪਾਤਸ਼ਾਹ ਸਾਡੇ ਪੰਦਰ ਗੰਧ ਜਦੋਂ ਜਨਮ ਹੁੰਦਾ ਜਾਂ ਤਾਂ ਸਭਾਉਣਾ ਤੰਗ ਪਿਆ, ਪਰਿਵਾਰ ਬੜਾ ਪਾਇਆ। ਜਦੋਂ ਮਨੁੱਖ ਦਾ ਜਨਮ ਹੁੰਦਾ ਪਾਤਸ਼ਾਹ ਕਹਿੰਦੇ ਉਦੋਂ ਜਦੋਂ ਪਰਿਵਾਰ ਤਾਂ ਉਹਨਾਂ ਨੂੰ ਲਿਵਟ ਟੁੱਟ ਜਾਂਦੀ ਆ ਉਹਦੀ, ਉਹ ਵਿਛੋੜਾ ਵੀ ਬੜਾ ਐਸਾ ਹੈ। ਇਹ ਦੋਵੇਂ ਤਰ੍ਹਾਂ ਦਾ ਜਿਹੜਾ ਆਪਾਂ ਨੂੰ ਗਿਆਨ ਕਰਾਇਆ ਗੁਰੂ ਗ੍ਰੰਥ ਸਾਹਿਬ ਦਾ ਪਾਤਸ਼ਾਹ ਦੇ ਚੰਗਾ ਖਿਆਲ ਹੈ। ਕੀਰਤਨ ਜੀ ਤਾਂ ਬੜਾ ਅੱਛਾ ਸੀ, ਸ਼ਬਦ ਉਹਨੇ ਬਹੁਤ ਸਾਰਾ ਜ਼ਿੰਦਗੀ ਬਾਰੇ ਬਹੁਤ ਬਾਰੇ ਦੱਸਿਆ। ਮੈਂ ਆਪਣੀ ਭੈਣ ਰਣਜੀਤ ਕੌਰ ਨੂੰ ਬੇਨਤੀ ਕਰਨੀ ਚਾਹੁੰਦਾ, ਇਹ ਜਿੱਥੇ ਗੁਰਬਾਣੀ ਇੱਕ ਆਪਣੇ ਢਾਸ ਹੈ, ਉਹ ਤਾਂ ਗੁਰੂ ਸਾਹਿਬਾਨ ਦਾ ਉਹਨਾਂ ਬਹੁਤ ਮਹਾਨ ਗੁਰਸਿੱਖਾਂ ਦਾ ਜੀਵਨ ਆਪਣੇ ਸਾਹਮਣੇ ਹੈ। ਜਦੋਂ ਆਪਾਂ ਉਹਨਾਂ ਨੂੰ ਵੇਖਦੇ ਹਾਂ ਫਿਰ ਆਪਾਂ ਨੂੰ ਸ਼ਾਂਤੀ ਮਿਲਦੀ ਹੈ, ਆਪਾਂ ਨੂੰ ਢਾਸ ਮਿਲਦਾ ਹੈ, ਸਹਾਰਾ ਮਿਲਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਆਪ ਸਮਰੱਥ ਸੀ, ਪਰ ਉਹ ਤੱਤੀ ਤਵੀ ਦੇ ਬੈਠ ਕੇ ਸ਼ਹੀਦੀ ਪਾ ਗਏ। ਜਿਸ ਤਰ੍ਹਾਂ ਦਾ ਹੌਸਲਾ, ਜਿਸ ਤਰ੍ਹਾਂ ਦੀ ਨਿਰਭਤਾ, ਜਿਸ ਤਰ੍ਹਾਂ ਦਾ ਸਿਵਕ ਮਾਤਾ ਗੰਗਾ ਜੀ ਨੇ ਦਿਖਾਇਆ, ਉਹ ਮਿਸਾਲ ਆਪਣੇ ਲਈ ਹੈ, ਸੰਸਾਰੀ ਜੀਵਨ ਲਈ ਹੈ। ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਜਿੰਦੀ ਦੇ ਚਾਹੁੰਦੇ ਚਾਹੁੰਦੇ ਪੱਧਰ ਨਾਲ ਉਹ ਸੀਸ ਵੱਖਰਾ ਕੀਤਾ ਗਿਆ, ਔਰ ਸੀਸ ਲਿਆ ਕੇ ਭਾਈ ਜਨਤਾ ਜੀ ਨੇ ਜਦੋਂ ਮਾਤਾ ਗੁਜਰੀ ਦੇ ਸਾਹਮਣੇ ਰੱਖਿਆ, ਜਿਸ ਤਰ੍ਹਾਂ ਉਹਨਾਂ ਨੇ ਹੌਸਲੇ ਨਾਲ ਦਲੇਰੀ ਨਾਲ ਪਾਣੇ ਵਿੱਚ ਰਹਿ ਕੇ ਉਹ ਪਾਣਾ ਮੰਨਿਆ, ਉਹ ਆਪਣੇ ਲਈ ਹੈ, ਆਪਣੇ ਵਾਸਤੇ ਗੁਰੂ ਸਾਹਿਬ ਹੈ ਕਿ ਆਪਾਂ ਇਹ ਘਟਾ ਸਾਹਿਬ ਲਈ ਹੈ। ਇਸ ਲਈ ਆਪਣਾ ਜੋ ਜੀਵਨ ਹੈ ਉਹਦੇ ਲਈ ਸਭ ਤੋਂ ਉਹ ਰਾਸਤਾ ਰੋਸ਼ਨੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰੂ ਸਾਹਿਬਾਨ ਦੇ ਜੀਵਨ ਵਿੱਚੋਂ ਨਿਕਲੀ ਹੈ।
ਪਰ ਇਹ ਤਸਲੀ ਦੀ ਗੱਲ ਹੈ ਜਿਸ ਤਰ੍ਹਾਂ ਸਤਿ ਸ੍ਰੀ ਅਕਾਲ ਸਾਹਿਬ ਕਹਿ ਰਹੇ ਸੀ, ਆਪ ਆਪਣੇ ਸਮਾਜ ਵਿੱਚ ਖਾਸ ਕਰਕੇ ਪੰਜਾਬ ਵਿੱਚ ਜਿਹੜਾ ਜਵਾਈ ਦਾ ਰਿਸ਼ਤਾ ਹੈ ਗਿਰਸਾ ਪਸੰਦ ਕਰ ਰਹੇ ਸੀ। ਇਹ ਕੁਛ ਐਸਾ ਕਰਕੇ ਮੈਨੂੰ ਉੱਪਰ ਹੁੰਦਾ, ਆਪਣਾ ਕਮਾਂਡਰ ਦੇ ਤੌਰ 'ਤੇ, ਕਮਾਂਡਰ ਦੇ ਤੌਰ 'ਤੇ ਹੁੰਦਾ, ਲੇਕਿਨ ਮੈਂ ਇਹ ਦੋਨਾਂ ਬੇਟਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਜਿਹੜੀ ਨਿਮਰਤਾ, ਜਿਹੜੀ ਮੇਜ਼ ਦਾ ਪਿਆਰ, ਇਸ ਕਰਕੇ ਅਹਿਸਾਸ ਹੈ ਕਿ ਭਾਵੇਂ ਸਰਦਾਰ ਪ੍ਰੀਤਮ ਸਿੰਘ ਢਿੱਲੋਂ ਦੇ ਬੇਟੇ ਚਲੇ ਗਏ ਔਰ ਭਾਵੇਂ ਉਹਨਾਂ ਨੂੰ ਬਾਅਦ ਜੀਵਨ ਦਿੱਤੀ ਹੈ, ਪਰ ਸਿੱਖ ਸਾਹਿਬ ਕਹਿੰਦੇ ਕਿ ਪਿਛਲੇ ਸਮੇਂ ਵਿੱਚ ਆ ਕੇ ਕੁਛ ਤਕਲੀਫ ਹੁੰਦੀ ਰਹੀ, ਗੁਰੂ ਨਾਨਕ ਦੇਵ ਪਾਤਸ਼ਾਹ ਦੇ ਨਵੇਂ ਆਪਣੀ ਬਾਹਰ ਲੱਗਦੇ, ਉਹਨਾਂ ਨੂੰ ਇਸ ਕਰਕੇ ਅਹਿਸਾਸ ਹੀ ਨਹੀਂ ਹੋਣ ਦਿੱਤਾ, ਉਹਨਾਂ ਦੇ ਅੰਗ ਸੰਗ ਰਹਿ ਕੇ ਉਹਦੀ ਸੇਵਾ ਕਰਕੇ ਉਹਨਾਂ ਨੂੰ ਪੂਰਾ ਵਿਸ਼ਵਾਸ ਪਾ ਕੇ ਉਹਨਾਂ ਨੇ ਉਹ ਪਾਟਾ ਪੂਰਾ ਕਰਨ ਦਾ ਯਤਨ ਕੀਤਾ। ਮੈਂ ਇਹਨਾਂ ਵੱਲੋਂ ਜੋ ਜਿਸ ਤਰ੍ਹਾਂ ਵਿਆਹ ਸਤਿਕਾਰ ਲਵਾਇਆ ਆਪਣੇ ਪਿਤਾ ਸਮਾਨ ਸਹੁਰਾ ਸਾਹਿਬ ਨਾਲ, ਬਹੁਤ ਮਿਹਨਤ ਜਿੰਨੀ ਸ਼ਰਧਾ ਕੀਤੀ ਅੱਗੇ ਥੋੜ੍ਹੀ ਹੈ, ਆਪਾਂ ਸਾਰਿਆਂ ਨੇ ਅਰਦਾਸ ਕੀਤੀ ਹੈ। ਇੱਕ ਵਾਰ ਫਿਰ ਇਹਨਾਂ ਦੇ ਸਾਰਿਆਂ ਵੱਲੋਂ ਉਦਾਸ ਕਰਦੇ ਹਾਂ ਪਾਤਸ਼ਾਹ ਕੇ ਪਾਤਸ਼ਾਹ ਸਰਦਾਰ ਪ੍ਰੀਤਮ ਸਿੰਘ ਜੀ ਵੱਲੋਂ ਜਾਣੇ ਅਣਜਾਣੇ ਐਸੀ ਹੋਵੇ ਜੋ ਆਪਦੇ ਪਾਣੀ ਦੇ ਮਜ਼ਕੂਰ ਹੋਵੇ, ਆਪਣਾ ਅਣਜਾਮ ਦਸੰਤ ਗੁਰੂ ਪਾਕ ਕਰਕੇ ਆਪਣੇ ਚਰਨਾਂ ਦੇ ਵਾਸ ਬਖਸ਼ਣਾ, ਔਰ ਜੋ ਇਹ ਸਹਿ ਸਦਮਾ ਹੈ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਹੀ ਕਿਹਾ ਹੈ, ਸੁਹਿਰਤਾ ਕਹਿਣ ਕਹਾਵਣ ਤੇਰਾ ਬਿਕਰ ਪਾਵਣ, ਪਾਤਸ਼ਾਹ ਇਹ ਕਹਿਣਾ ਬੜਾ ਸੌਖਾ ਹੈ, ਇਹ ਭਾਣਾ ਮੰਨ ਲਿਆ ਜਾਵੇ, ਲੇਕਿਨ ਇਹਨੂੰ ਚੱਲਣਾ ਬਹੁਤ ਔਖਾ ਹੈ। ਜਿਹਨੇ ਆਪ ਧਰਤੀ ਤਵੀ ਦੇ ਬੈਠ ਕੇ ਭਾਣਾ ਚੱਲਿਆ ਉਹ ਗੁਰੂ ਸਾਹਿਬ ਇਹ ਫਰਮਾ ਰਹੇ ਨੇ, ਆਪਣੇ ਲਈ ਸਿਰ ਫਰਮਾ ਰਹੇ ਨੇ, ਇਸ ਕਰਕੇ ਇਹ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਦੇ ਸਾਰੇ ਪਰਿਵਾਰ ਨੂੰ ਜੋ ਇਹ ਸਹਿ ਦੇਖਿਆ ਹੈ, ਜੋ ਕਸ਼ਟ ਆਇਆ, ਇਹ ਦੁੱਖ ਆਇਆ ਵਿਛੋੜੇ ਦਾ, ਇਹਨੂੰ ਚੱਲ ਸਕਣ ਇਸੇ ਕਿਰਪਾ ਕਰਨ ਦੇ ਸੀ ਅਰਦਾਸ ਕੀਤੀ ਹੈ। ਮੈਂ ਇਹ ਸਾਰੇ ਢਿੱਲੋਂ ਪਰਿਵਾਰ ਵੱਲੋਂ, ਗੁਰਹਿਰ ਦੇ ਪਰਿਵਾਰ ਵੱਲੋਂ, ਧਾਰੀਵਾਲ ਪਰਿਵਾਰ ਵੱਲੋਂ, ਆਪਣੇ ਸਾਰੇ ਨੂੰ ਆਪ ਸਭ ਦਾ ਹਾਰਦਿਕ ਧੰਨਵਾਦ ਕਰਦਾ। ਇਸ ਡਿਪਾਰਟਮੈਂਟ ਦੇ ਬਹੁਤ ਸਾਰੇ ਉੱਚੇ ਅਧਿਕਾਰੀ ਜਿਹਨਾਂ ਦਾ ਇਸ ਪਰਿਵਾਰ ਨਾਲ ਬੜੇ ਮੇਲ ਦਰਬਾਰ ਦਾ ਸੰਬੰਧ ਲਿਆ, ਉਹ ਸਾਰੇ ਸਾਡੇ ਇਸ ਇਲਾਕੇ ਦੇ ਸਾਡੇ ਸਾਰੀਆਂ ਪਾਰਟੀਆਂ ਦੇ ਜਿਹੜੇ ਪ੍ਰਗਟ ਸਾਹਿਬਾਨ, ਪਿਤਾ ਸਾਹਿਬਾਨ ਉਹ ਸਾਰੇ ਆਏ, ਉਹਨਾਂ ਸਾਰਿਆਂ ਦਾ ਮੈਂ ਸੱਚੇ ਪਰਿਵਾਰ ਵੱਲੋਂ ਆਪਣੇ ਵੱਲੋਂ ਹਾਰਦਿਕ ਧੰਨਵਾਦ ਕਰਦਾ, ਬੇਨਤੀ ਕਰਦੇ ਹਾਂ ਜਿਹਨਾਂ ਵੀਰ ਭਾਈ ਨੇ ਕਿਸੇ ਨੇ ਲੰਗਰ ਨਹੀਂ ਛਕਿਆ ਉਹ ਜ਼ਰੂਰ ਲੰਗਰ ਛੱਕ ਕੇ ਜਾਣ, ਤਾਂ ਜੋ ਇਸ ਪਰਿਵਾਰ ਦੀ ਵੀ ਤਸੱਲੀ ਹੋਵੇ ਔਰ ਆਪਣੀ ਮਰਿਆਦਾ ਦੇ ਵਿੱਚ ਭਾਜੀ ਇਹਨਾਂ ਸ਼ਬਦਾਂ ਨਾਲ ਇੱਕ ਵਾਰ ਫਿਰ ਮੈਂ ਆਪ ਸਭ ਦਾ ਧੰਨਵਾਦ ਕਰਦਾ ਔਰ ਫਿਰ ਅਰਦਾਸ ਕਰਦਾ ਪਾਤਸ਼ਾਹ ਜੋ ਇਹ ਸਹਿ ਦੇਖਿਆ ਬਣਾ ਬਣ ਰਿਹਾ ਇਹ ਪਰਿਵਾਰ ਨੂੰ ਚੱਲਣ ਦਾ ਬਹੁਤ ਖੁਸ਼ੀ ਕਰਨਾ ਮੈਂ ਵੈਗਟੀ ਦਾ ਖਾਲਸਾ ਹੋਇਆ। 31,000 ਰੁਪਇਆ ਗੁਰਦੁਆਰਾ ਗੁਰੂ ਸਿੰਘ ਸਭਾ ਮੱਗਾ, 21,000 ਰੁਪਇਆ ਸ਼ਮਸ਼ਾਨ ਘਾਟ ਪ੍ਰਬੰਧਕ ਕਮੇਟੀ, 21,000 ਰੁਪਇਆ ਬਾਬਾ ਚੇਤਨ ਦਾਸ ਜੀ ਦੀ ਸਮਾਧ ਦੇ ਲਈ, ਇਹ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਆ ਕੇ ਸਮਾਗਮ ਤੋਂ ਬਾਅਦ, ਸ਼ੋਕ ਸਮਾਗਮ ਤੋਂ ਬਾਅਦ ਪ੍ਰਾਪਤ ਕਰ ਲੈਣ। ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਵਿਸਥਾਰ ਦੇ ਵਿੱਚ ਨਾਂ ਨਹੀਂ ਲੈਣਾ ਉਚਿਤ ਸਮਝਿਆ, ਕਿਉਂਕਿ ਬਹੁਤ ਸਾਰੇ DSP ਸਾਹਿਬਾਨ ਹਾਜ਼ਰ ਨੇ ਔਰ ਸਾਰਿਆਂ ਦੀ ਜਿਹੜੇ ਬੈਚਮੇਟ ਨੇ ਧਾਲੀਵਾਲ ਸਾਹਿਬ ਅਤੇ ਬਰਾੜ ਸਾਹਿਬ ਹੋਰਾਂ ਦੇ, ਉਹਨਾਂ ਕੋਲੋਂ ਵੀ ਉਹਨਾਂ ਦੀ ਵਿਖੇ ਹਾਜ਼ਰੀ ਸੰਗਤ ਦੇ ਵਿੱਚ ਦੁਆ ਰਹੇ ਹਾਂ ਔਰ ਕੁਛ ਸ਼ੋਕ ਸੰਦੇਸ਼ ਹੋਰ ਨੇ। ਧਾਲੀਵਾਲ ਪਿੰਡ ਧਾਲੀਵਾਲ ਬੇਟ ਵੱਲੋਂ ਜਨ ਹਿੱਤ ਚੈਰੀਟੇਬਲ ਵੈਲਫੇਅਰ ਟਰੱਸਟ ਸਾਹਿਬ ਰਵਿੰਦਰ ਸਿੰਘ ਜੀ ਪ੍ਰਧਾਨ ਧੂਰੀ, ਰਾਈਸ ਮਿਲਰਸ ਐਸੋਸੀਏਸ਼ਨ ਧੂਰੀ, ਨੰਬਰਦਾਰ ਯੂਨੀਅਨ ਬਲਾਕ ਪਾਤਰਾ ਵੱਲੋਂ ਸਾਹਿਬ ਹਰਦੀਪ ਸਿੰਘ ਜੀ DP, ਸ੍ਰੀ ਸਤਪਾਲ ਸਿੰਘਲਾ ਜੀ ਚੇਅਰਮੈਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਮਚੜੀ, ਮੀਡੀਆ ਕਲੱਬ ਪਾਤਰਾ, ਮੇਰੀ ਪੀਰੀ ਸਪੋਰਟਸ ਕਲੱਬ ਜੇਤਰਾ, ਅਗਰਵਾਲ ਸਭਾ ਕੱਗਾ, ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸ਼ਾਹੀ ਜੀ, ਵਾਈਸ ਪ੍ਰਧਾਨ ਹਰਵੇਲ ਸਿੰਘ ਜੀ ਤੂਰ ਸੇਰਵਾਲਾ, ਜੋ ਰਿਸ਼ਤੇਦਾਰ ਵੀ ਹੈ ਪਰਿਵਾਰ ਦੇ ਨੇੜੇ ਦੇ, ਮਦਰ ਇੰਡੀਆ ਪਬਲਿਕ ਸਕੂਲ
पात्रा निष्काम कीर्तन सेवा सोसाइटी रजिस्टर गोविंदगढ़ मंडी उन्होंने वालों भी सोग संदेश प्राप्त होया है। सो इस शोक सभा समाप्त करते हुए वाहेगुरु।